ਤੇ ਖੰਨਾ ਵਿੱਚ ਸ਼੍ਰੀ ਰਵੀ ਸ਼ੰਕਰ ਜੀ ਨੇ ਸੰਗਤਾਂ ਨਾਲ ਹੋਲੀ ਖੇਡੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹੋਲੀ ਰੰਗਾਂ ਨਾਲ ਹੀ ਨਹੀਂ ਅੱਖਾਂ ਨਾਲ ਵੀ ਖੇਡੀ ਜਾਂਦੀ ਹੈ। ਕਰਤਾਰਪੁਰ ਕੋਰੀਡੋਰ ਬਾਰੇ ਉਹਨਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਬਣਨਾ ਇੱਕ ਵਧੀਆ ਗੱਲ ਹੈ ਤੇ ਦੋਨਾਂ ਦੇਸ਼ਾਂ ਦੀ ਇਹ ਪੁਰਾਣੀ ਮੰਗ ਸੀ ਜੋ ਕਿ ਜਲਦੀ ਬਣਨਾ ਚਾਹੀਦਾ ਹੈ। ਇਸ ਨਾਲ ਹੀ ਉਹਨਾਂ ਨੇ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਤੇ ਗੰਭੀਰ ਚਿੰਤਾ ਵੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਔਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। जीवन शैली बदले तो कैंसर जैसे बीमारियों को हम काबू में ला सकते हैं, और शुद्ध पानी और खाना भी जो है रसायन मुक्त खेती करें, मोबाइल वगैरह कम यूज़ करें लोग। नहीं, अच्छा है, बहुत लोगों की तमन्ना थी वहाँ जाने के लिए, कॉरिडोर बननी चाहिए, जानी चाहिए सबको।